ਤਰਨ ਤਾਰਨ ਦੇ ਤਾਲ ਤੋਂ ਜਦੋਂ ਬਾਬਾ ਦੀਪ ਸਿੰਘ ਦੀ ਕਮਾਨ ਦੇ ਹੇਠ ਸਾਰੀ ਆਪਣੇ ਸਿੰਘਾਂ ਦੀ ਫੌਜ ਖੁੱਲ੍ਹੀ ਹੈ ਨਾ, ਕਹਿੰਦੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ, ਬਿਜਲੀ ਵਾਂਗ ਰੇਤਲੀਆਂ ਨੇ ਉੱਥੇ ਅਤੇ ਬਿਜਲੀ ਵਾਂਗ ਚਮਕਾ ਕੇ ਜਦੋਂ ਅੱਗੇ ਵੱਧਦੇ ਆ ਨਾ ਸਿੰਘ, ਅਤੇ ਦੂਰ ਤੋਂ ਇੰਝ ਲੱਗ ਰਿਹਾ ਵੀ ਬਹੁਤ ਭਾਰੀ ਫੌਜ, ਬੇਸ਼ੱਕ ਦੀ ਸਾਡੇ ਸਿੰਘ ਥੋੜ੍ਹੇ ਸਨ ਪਰ ਗੁਰਮੁਖੋ ਹੌਂਸਲਾ ਬਹੁਤ ਸੀ। ਅੱਗੇ ਆਣ ਕੇ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦੇ ਖੰਡੇ ਦੇ ਨਾਲ ਇੱਕ ਲੀਕ ਵਾ ਦਿੱਤੀ। ਕਹਿੰਦਾ ਗੁਰਮੁਖੋ ਸਮੁੱਚੀਆਂ ਸਿੰਘਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਲੀਕ ਤੋਂ ਉਹੀ ਅੱਗੇ ਆਵੇ ਜਿਸ ਨੂੰ ਆਪਣੀ ਜਾਨ ਨਹੀਂ ਪਿਆਰੀ, ਜਿਨ੍ਹਾਂ ਨੂੰ ਅਜੇ ਵੀ ਆਪਣਾ ਮੋਹ ਵਾਲਾ ਪਰਿਵਾਰ ਦਾ ਕੋਈ ਮਾਇਆ ਦਾ ਰੱਖਣ ਵਾਲਾ ਪਰਿਵਾਰ ਮੋਹ, ਉਹ ਇੱਥੋਂ ਵਾਪਸ ਹੋ ਜਾਵੇ। ਸਾਨੂੰ ਉਸ ਦੇ ਉੱਪਰ ਕੋਈ ਦੁੱਖ ਨਹੀਂ ਗਾ, ਕੋਈ ਗਿਲਾ ਨਹੀਂ, ਕੋਈ ਗਮੀ ਨਹੀਂ, ਕਿਉਂਕਿ ਜਦੋਂ ਫੌਜ ਦੇ ਵਿੱਚ ਟੱਕਰ ਹੁੰਦੀ ਹੈ, ਜਦੋਂ ਕੋਈ ਇੱਕ ਵੀ ਸਾਡੇ ਜੋ ਸਿੰਘ ਮੈਦਾਨ ਛੱਡ ਕੇ ਭੱਜ ਗਿਆ ਨਾ, ਤਾਂ ਸਾਰੇ ਹੀ ਸਿੰਘਾਂ ਦੀ ਹੇਠੀ ਹੋ ਜਾਣੀ। ਸੂਰਾ ਸੌ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰ ਹੈ ਕਦੋਂ ਨਾ ਛੱਡੇ ਖੇਤ। ਬਾਬਾ ਦੀਪ ਸਿੰਘ ਕਹਿੰਦਾ ਸਮੁੱਚਿਆ ਹੀ ਸਿੰਘਾਂ ਨੂੰ ਆਓ, ਸਮਾਂ ਸੀਮਤ ਰਹਿ ਗਿਆ, ਆਓ ਜਿਵੇਂ ਖੰਡੇ ਦੀ ਲੀਕ ਖਿੱਚ ਕੇ ਅਤੇ ਜੋਸ਼ ਭਰੀ ਤਕਰੀਰ ਇੱਕ ਬਾਬਾ ਦੀਪ ਸਿੰਘ ਜੀ ਨੇ ਉਸ ਟਾਈਮ ਤੋਂ ਕੀਤੀ ਆ। ਮਹਾਂਕਵੀ ਬਾਬੂ ਰਤਬ ਅਲੀ ਖਾਨ ਦੀ ਸਾਹਿਬ ਕਿਆਵਾਲੇ ਨੇ ਇੱਕ ਬਹੁਤ ਤਕੜਾ ਨਜ਼ਮ ਵੱਖਰੀ ਹੋਣ ਦਾ, ਆਓ ਉਸ ਤੱਕ ਦੇ ਵਿੱਚ ਸਾਹਿਬ ਕਿਆਵਾਲੇ ਜਿੱਥੇ ਵੱਲੋਂ ਇਹ ਉਹ ਬੇਨਤੀ ਕੀਤੀ ਜਾਵੇ।